ਸਤਿ ਸ਼੍ਰੀ ਅਕਾਲ ਦੋਸਤੋ, ਬੈਸ਼ ਵਿੱਚ ਸਟ੍ਰਿੰਗ ਐਂਡ ਫਾਈਲ ਐਟਰੀਬਿਊਟਸ ਕੰਪੈਰੀਜ਼ਨ ਦੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਟਿਊਟੋਰੀਅਲ ਵਿੱਚ ਅਸੀਂ ਹੇਠਾਂ ਦਿੱਤੇ ਗਏ ਨੂੰ ਸਿੱਖਾਂਗੇ, ਸਟ੍ਰਿੰਗ ਕੰਪੈਰੀਜ਼ਨ ਅਤੇ ਫਾਈਲ ਐਟਰੀਬਿਊਟਸ ਕੰਪੈਰੀਜ਼ਨ। ਅਸੀਂ ਕੁਝ ਉਦਾਹਰਣਾਂ ਦਾ ਪ੍ਰਯੋਗ ਕਰਕੇ ਇਹਨਾਂ ਨੂੰ ਸਿੱਖਾਂਗੇ। ਇਸ ਟਿਊਟੋਰੀਅਲ ਲਈ ਮੈਂ ਵਰਤੋਂ ਕਰ ਰਿਹਾ ਹਾਂ ਉਬੰਟੂ ਲਿਨਕਸ 12.04 ਓਪਰੇਟਿੰਗ ਸਿਸਟਮ ਅਤੇ GNU Bash ਵਰਜ਼ਨ 4.1.10। ਕਿਰਪਾ ਕਰਕੇ ਧਿਆਨ ਦਿਓ, ਇਸ ਟਿਊਟੋਰੀਅਲ ਦੇ ਅਭਿਆਸ ਲਈ GNU Bash ਵਰਜ਼ਨ 4 ਜਾਂ ਉਸ ਤੋਂ ਵਧੀਆ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਹੁਣ ਜਾਣ ਪਹਿਚਾਣ ਨਾਲ ਸ਼ੁਰੂ ਕਰਦੇ ਹਾਂ। ਬੈਸ਼ ਵਿੱਚ ਇੱਕ ਸਟ੍ਰਿੰਗ ਦੀ ਤੁਲਨਾ ਦੋ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਪਹਿਲਾ, ਇਕੁਅਲ ਟੂ ਓਪਰੇਟਰ ਦਾ ਪ੍ਰਯੋਗ ਦੋ ਇਕੁਅਲ ਸਟ੍ਰਿੰਗਸ ਦੀ ਤੁਲਨਾ ਕਰਨ ਦੇ ਲਈ, ਦੂਜਾ ਨਾਟ ਇਕੁਅਲ ਟੂ ਓਪਰੇਟਰ ਦੋ ਨਾਟ ਇਕੁਅਲ ਸਟ੍ਰਿੰਗਸ ਦੀ ਤੁਲਨਾ ਕਰਨ ਦੇ ਲਈ। ਅਸੀਂ ਇੱਕ ਉਦਾਹਰਣ ਵੇਖਦੇ ਹਾਂ। ਮੇਰੇ ਕੋਲ ਇੱਥੇ ਇੱਕ ਸਧਾਰਨ ਪ੍ਰੋਗਰਾਮ ਹੈ ਜੋ ਯੂਜ਼ਰ ID ਨੂੰ ਚੈੱਕ ਕਰਦਾ ਹੈ। ਆਪਣੇ ਐਡੀਟਰ ਵਿੱਚ ਇੱਕ ਫਾਈਲ ਖੋਲ੍ਹੋ ਅਤੇ ਇਸ ਨੂੰ strcompare.sh ਦੀ ਤਰ੍ਹਾਂ ਸੇਵ ਕਰੋ। ਹੁਣ ਆਪਣੀ strcompare.sh ਫਾਈਲ ਵਿੱਚ ਇੱਥੇ ਦੱਸੇ ਗਏ ਅਨੁਸਾਰ ਕੋਡ ਟਾਈਪ ਕਰੋ। ਮੈਂ ਕੋਡ ਸਮਝਾਉਂਦਾ ਹਾਂ। ਇਹ ਸ਼ੀਬੈਂਗ ਲਾਈਨ ਹੈ। whoami ਕਮਾਂਡ ਮੌਜੂਦਾ ਯੂਜ਼ਰ ਦਾ ਯੂਜ਼ਰਨੇਮ ਦਿੰਦੀ ਹੈ। ਇਫ ਸਟੇਟਮੈਂਟ ਸਟ੍ਰਿੰਗ ਰੂਟ ਦੇ ਵਿਰੁੱਧ ਵੇਰੀਏਬਲ whoami ਦੀ ਆਉਟਪੁੱਟ ਚੈੱਕ ਕਰਦਾ ਹੈ। ਇੱਥੇ ਅਸੀਂ ਸਟ੍ਰਿੰਗਸ ਦੀ ਤੁਲਨਾ ਕਰਨ ਦੇ ਲਈ ਨਾਟ ਇਕੁਅਲ ਟੂ ਓਪਰੇਟਰ ਦਾ ਪ੍ਰਯੋਗ ਕੀਤਾ ਹੈ। ਜੇਕਰ ਮੌਜੂਦਾ ਯੂਜ਼ਰ ਰੂਟ ਯੂਜ਼ਰ ਨਹੀਂ ਹੈ ਤਾਂ ਇਹ ਹੇਠਾਂ ਦਿੱਤੀ ਸਟੇਟਮੈਂਟ ਨੂੰ ਐਕੋ ਕਰੇਗਾ। You have no permission to run strcompare.sh as non-root user. ਇੱਥੇ $0 ਜ਼ੀਰੋਥ ਆਰਗੂਮੈਂਟ ਹੈ ਜੋ ਆਪਣੇ ਆਪ ਵਿੱਚ ਇੱਕ ਫਾਈਲ ਦਾ ਨਾਮ ਹੈ। ਜੇਕਰ ਯੂਜ਼ਰ ਰੂਟ ਯੂਜ਼ਰ ਹੈ ਤਾਂ ਇਹ ਵੈਲਕਮ ਰੂਟ ਨੂੰ ਐਕੋ ਕਰੇਗਾ। ਫਿਰ ਸਾਡੇ ਕੋਲ ਪ੍ਰੋਗਰਾਮ ਦੇ ਲਈ ਐਗਜ਼ਿਟ ਸਟੇਟਮੈਂਟ ਹੈ ਅਤੇ ਇੱਥੇ FI ਦੇ ਨਾਲ ਅਸੀਂ ਇਫ ਸਟੇਟਮੈਂਟ ਨੂੰ ਖਤਮ ਕਰਦੇ ਹਾਂ। ਐਗਜ਼ਿਟ ਸਟੇਟਮੈਂਟ ਦੇ ਬਾਰੇ ਵਿੱਚ ਜ਼ਿਆਦਾ ਜਾਣਨ ਲਈ ਆਪਣੀ ਸਲਾਈਡਸ ਉੱਤੇ ਦੁਬਾਰਾ ਆਉਂਦੇ ਹਾਂ। ਹਰ ਇੱਕ ਪ੍ਰੋਗਰਾਮ ਇੱਕ ਐਗਜ਼ਿਟ ਸਟੇਟਸ ਰਿਟਰਨ ਕਰਦਾ ਹੈ। ਇਹ ਸਹੀ ਕਮਾਂਡ 0 ਰਿਟਰਨ ਕਰਦੀ ਹੈ। ਇੱਕ ਗਲਤ ਕਮਾਂਡ ਇੱਕ ਨਾਨ 0 ਵੈਲਿਊ ਰਿਟਰਨ ਕਰਦੀ ਹੈ। ਇਹ ਐਰਰ ਕੋਡ ਦੀ ਤਰ੍ਹਾਂ ਸਮਝੀ ਜਾ ਸਕਦੀ ਹੈ। ਅਸੀਂ ਐਗਜ਼ਿਟ ਸਟੇਟਮੈਂਟ ਦੀ ਰਿਟਰਨ ਵੈਲਿਊ ਨੂੰ ਆਪਣੇ ਅਨੁਸਾਰ ਚੁਣ ਸਕਦੇ ਹਾਂ। ਹੁਣ ਪ੍ਰੋਗਰਾਮ ਨੂੰ ਚਲਾਉਂਦੇ ਹਾਂ। ਆਪਣੇ ਕੀਬੋਰਡ ਉੱਤੇ ਇੱਕੋ ਸਮੇਂ ਕੰਟਰੋਲ, ਆਲਟ ਅਤੇ ਟੀ ਕੀਜ਼ ਦਬਾ ਕੇ ਟਰਮੀਨਲ ਨੂੰ ਖੋਲ੍ਹੋ। ਪਹਿਲਾਂ ਸਿਸਟਮ ਦੇ ਮੌਜੂਦਾ ਯੂਜ਼ਰ ਨੂੰ ਚੈੱਕ ਕਰੋ। ਟਾਈਪ ਕਰੋ whoami, ਐਂਟਰ ਦਬਾਓ। ਇਹ ਮੌਜੂਦਾ ਯੂਜ਼ਰ ਦੇ ਨਾਮ ਦਾ ਆਉਟਪੁੱਟ ਦੇਵੇਗਾ। ਆਓ ਹੁਣ ਆਪਣੀ ਫਾਈਲ ਨੂੰ ਐਗਜ਼ੀਕਿਊਟੇਬਲ ਬਣਾਈਏ। ਟਾਈਪ ਕਰੋ chmod +x strcompare.sh। ਟਾਈਪ ਕਰੋ ./ strcompare.sh। ਸਾਨੂੰ ਇੱਥੇ ਆਉਟਪੁੱਟ ਦਿਖਾਈ ਦਿੰਦੀ ਹੈ, ਯੂ ਹੈਵ ਨੋ ਪਰਮਿਸ਼ਨ ਟੂ ਰਨ ./ strcompare.sh ਐਸ ਨਾਨ ਰੂਟ ਯੂਜ਼ਰ। ਹੁਣ ਉਹੀ ਪ੍ਰੋਗਰਾਮ ਨੂੰ ਰੂਟ ਯੂਜ਼ਰ ਦੀ ਤਰ੍ਹਾਂ ਹੀ ਚਲਾਉਂਦੇ ਹਾਂ। ਟਾਈਪ ਕਰੋ sudo ./ strcompare.sh। ਇਹ ਤੁਹਾਨੂੰ ਪਾਸਵਰਡ ਦੇ ਲਈ ਪੁੱਛੇਗਾ। ਇੱਥੇ ਪਾਸਵਰਡ ਭਰੋ। ਸਾਨੂੰ ਇੱਥੇ ਆਉਟਪੁੱਟ ਦਿਖਾਈ ਦਿੰਦੀ ਹੈ, ਵੈਲਕਮ ਰੂਟ। ਹੁਣ ਫਾਈਲ ਐਟਰੀਬਿਊਟਸ ਦੀ ਤੁਲਨਾ ਦੇ ਬਾਰੇ ਵਿੱਚ ਸਿੱਖਦੇ ਹਾਂ। ਮੇਰੇ ਕੋਲ ਪਹਿਲਾਂ ਤੋਂ ਹੀ ਕੋਡ ਦੀ ਚਲਾਈ ਹੋਈ ਉਦਾਹਰਣ ਹੈ। ਇਸ ਪ੍ਰੋਗਰਾਮ ਵਿੱਚ ਅਸੀਂ ਚੈੱਕ ਕਰਾਂਗੇ ਕਿ ਦਿੱਤੀ ਹੋਈ ਫਾਈਲ ਹੈ ਜਾਂ ਨਹੀਂ। ਫਾਈਲ 1 ਵੇਰੀਏਬਲ ਹੈ ਜਿਸ ਵਿੱਚ ਅਸੀਂ ਫਾਈਲ ਦਾ ਪਾਥ ਸੇਵ ਕਰਦੇ ਹਾਂ। -f ਕਮਾਂਡ ਚੈੱਕ ਕਰਦੀ ਹੈ ਕਿ ਫਾਈਲ ਹੈ ਜਾਂ ਨਹੀਂ ਅਤੇ ਕੀ ਇਹ ਇੱਕ ਸਧਾਰਨ ਫਾਈਲ ਹੈ। ਜੇਕਰ ਕੰਡੀਸ਼ਨ ਸਹੀ ਹੈ ਤਾਂ ਇਹ ਫਾਈਲ ਐਗਜ਼ਿਸਟ ਐਂਡ ਇਜ਼ ਇਨ ਨਾਰਮਲ ਫਾਈਲ ਨੂੰ ਐਕੋ ਕਰੇਗਾ, ਨਹੀਂ ਤਾਂ ਇਹ ਫਾਈਲ ਡਜ਼ ਨਾਟ ਐਗਜ਼ਿਸਟ ਨੂੰ ਐਕੋ ਕਰੇਗਾ। ਟਰਮੀਨਲ ਉੱਤੇ ਦੁਬਾਰਾ ਆਉਂਦੇ ਹਾਂ ਅਤੇ ਆਪਣੀ ਫਾਈਲ ਨੂੰ ਚਲਾਉਂਦੇ ਹਾਂ। ਟਾਈਪ ਕਰੋ chmod +x fileattrib.sh।
टाइप करो /fileattrib.sh. आउटपुट फाइल एग्जिस्ट एंड इज ए नॉर्मल फाइल दी तरह दिखाई देती है। हुन असी चेक करते हाँ कि फाइल खाली है या नहीं। अपने प्रोग्राम नू चलाउन तो पहला असी empty.sh नाम वाली एक खाली फाइल बनावांगे। टाइप करो gedit empty.sh &sign, सेव उत्ते क्लिक करो अते फाइल बंद करो। हुन हाइफन एफ एट्रिब नू हाइफन एस एट्रीब्यूट नाल बदल दे हां। इत्थे भी फाइल दा नाम बदलो, टाइप करो empty.sh। हुन पहला एको स्टेटमेंट नू फाइल एग्जिस्ट एंड इज नॉट एम्प्टी नाल बदलो अते दूजे एको स्टेटमेंट नू फाइल इज एम्प्टी नाल बदलो। सेव उत्ते क्लिक करो। टर्मिनल उत्ते दोबारा आउंदे हां। हुन असी प्रॉम्प्ट क्लियर करते हां। हुन असी चलाउंदे हां, टाइप करो /fileattrib.sh, एंटर दबाओ। आउटपुट है फाइल इज एम्प्टी। हुन असी होर फाइलां दे एट्रीब्यूट वेखदे हां जो किसी फाइल दी राइट परमिशन मतलब कि लिखन दी आग्या नू चेक करेगा। हुन असी अपने प्रोग्राम उत्ते दोबारा आउंदे हां। हुन हाइफन एस एट्रीब्यूट नू हाइफन डबल्यू नाल बदलदे हां। हुन पहला एको स्टेटमेंट यूजर हैज राइट परमिशन टू दिस फाइल नाल बदलदे हां अते दूजा एको स्टेटमेंट यूजर डजंट हैव राइट परमिशन टू दिस फाइल नाल बदलदे हां। सेव उत्ते क्लिक करो। असी इस उदाहरण दे लई एक वखरी तरह दी फाइल दा प्रयोग करांगे। मैं एक फाइल नू चुनदा हां जो रीडेबल नहीं है जां इस विच लिखन दी आग्या नहीं है। हुन मैं फाइल दा पाथ /etc/mysql/debian.cnf नाल बदलदा हां। सेव उत्ते क्लिक करो। हुन असी अपने प्रोग्राम नू चलाउंदे हां। अप एरो की नू दबाओ फिर एंटर कीज नू दबाओ। असी देखदे हां कि आउटपुट यूजर डजंट हैव राइट परमिशन टू दिस फाइल दिखाई देंदी है। हुन फाइल एट्रीब्यूट्स उत्ते आधारित होर उदाहरणां नू वेखदे हां। इस उदाहरण विच असी चेक करांगे कि की फाइल 1 फाइल 2 नालों नवी है। हुन प्रोग्राम नू देखदे हां। ध्यान दियो कि साडी फाइल दा नाम fileattrib2.sh है। हुन पूरा कोड समझदे हां। इत्थे साडे कोल दो वेरिएबल्स फाइल 1 अते फाइल 2 हन। ए दोने फाइलां पहलां ही बनाईयां गईयां सन अते दोने ही खाली सन। इत्थे असी चेक करांगे कि की फाइल 1 फाइल 2 नालों नवी है। जेकर कंडीशन ट्रू है तां असी प्रिंट करदे हां फाइल 1 इज न्यूअर दैन फाइल 2, नहीं तां फाइल 2 इज न्यूअर दैन फाइल 1। ए एक होर इफ स्टेटमेंट है। इत्थे असी चेक करांगे कि की फाइल 1 फाइल 2 नालों पुरानी है। जेकर कंडीशन ट्रू है तां असी प्रिंट करदे हां फाइल 1 इज ओल्डर दैन फाइल 2, नहीं तां असी प्रिंट करदे हां फाइल 2 इज ओल्डर दैन फाइल 1। अपने टर्मिनल उत्ते दोबारा आउंदे हां। पहला असी empty1.sh फाइल नू एडिट करांगे। मैं केवल इस विचों एक एको स्टेटमेंट नू जोड़ांगा। टाइप करो एको डबल कोट्स विच हाई डबल कोट्स दे बाद ग्रेटर दैन साइन empty1.sh, एंटर दबाओ। आओ हुन अपनी फाइल नू एग्जीक्यूटेबल बनाइए। टाइप करो chmod +x fileattrib2.sh। हुन टाइप करो /fileattrib2.sh। हुन असी जिवें हेठां दित्ता गया है उस दी तरह आउटपुट देखदे हां। फाइल 1 इज न्यूअर दैन फाइल 2, फाइल 2 इज ओल्डर दैन फाइल 1। हुन empty2.sh फाइल नू एडिट करदे हां। इत्थे भी मैं एको स्टेटमेंट नू जोड़ांगा। टाइप करो एको डबल कोट्स विच हाउ आर यू कोट्स दे बाद ग्रेटर दैन साइन empty2.sh। हुन मैं प्रॉम्प्ट नू क्लियर करदा हां। हुन असी दोबारा अपनी स्क्रिप्ट नू चलाउंदे हां। अप एरो की नू दबाओ /fileattrib2.sh उत्ते जाओ, एंटर दबाओ। हुन असी जिवें हेठां दित्ता गया है उस तरह दी आउटपुट देखदे हां। फाइल 2 इज न्यूअर दैन फाइल 1
ਅਤੇ ਫਾਈਲ 1 ਇਜ਼ ਓਲਡਰ ਦੈਨ ਫਾਈਲ 2। ਇਹ ਸਾਨੂੰ ਇਸ ਟਿਊਟੋਰੀਅਲ ਦੇ ਅੰਤ ਵਿੱਚ ਲੈ ਕੇ ਜਾਂਦਾ ਹੈ। ਹੁਣ ਅਸੀਂ ਇਸ ਦਾ ਨਿਚੋੜ ਕੱਢਦੇ ਹਾਂ। ਇਸ ਟਿਊਟੋਰੀਅਲ ਵਿੱਚ ਅਸੀਂ ਸਿੱਖਿਆ ਸਟ੍ਰਿੰਗ ਕੰਪੈਰੀਜ਼ਨ, ਫਾਈਲ ਐਟਰੀਬਿਊਟਸ ਇਕੁਅਲ ਟੂ ਨਾਟ ਇਕੁਅਲ ਟੂ ਹਾਈਫਨ ਐਫ ਹਾਈਫਨ ਐਸ ਹਾਈਫਨ ਡਬਲਯੂ ਹਾਈਫਨ ਐਨ ਟੀ ਅਤੇ ਹਾਈਫਨ ਓ ਟੀ ਐਟਰੀਬਿਊਟਸ। ਇੱਕ ਨਿਰਧਾਰਿਤ ਕੰਮ ਵਿੱਚ ਕੁਝ ਜ਼ਿਆਦਾ ਐਟਰੀਬਿਊਟਸ ਦੀ ਖੋਜ ਕਰੋ, ਉਦਾਹਰਣ ਹਾਈਫਨ ਆਰ ਹਾਈਫਨ ਐਕਸ ਅਤੇ ਹਾਈਫਨ ਓ। ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲਬਧ ਵੀਡੀਓ ਨੂੰ ਦੇਖੋ। ਇਹ ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਨਿਚੋੜ ਕੱਢਦਾ ਹੈ। ਚੰਗੀ ਬੈਂਡਵਿਡਥ ਨਾ ਮਿਲਣ ਉੱਤੇ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ। ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਸਪੋਕਨ ਟਿਊਟੋਰੀਅਲ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ। ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਦਿੱਤੇ ਜਾਂਦੇ ਹਨ। ਜ਼ਿਆਦਾ ਜਾਣਕਾਰੀ ਲੈਣ ਦੇ ਲਈ ਕਿਰਪਾ ਕਰਕੇ ਕੰਟੈਕਟ ਐਟ ਸਪੋਕਨ ਹਾਈਫਨ ਟਿਊਟੋਰੀਅਲ ਡਾਟ ਓ ਆਰ ਜੀ ਉੱਤੇ ਲਿਖੋ। ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ। ਇਹ ਭਾਰਤ ਸਰਕਾਰ ਦੇ MHRD ਦੇ ICT ਵੱਲੋਂ ਰਾਸ਼ਟਰੀ ਸਾਖਰਤਾ ਮਿਸ਼ਨ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ਦੀ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲਬਧ ਹੈ। IIT ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ। ਸਾਡੇ ਨਾਲ ਜੁੜਨ ਲਈ ਧੰਨਵਾਦ।